ਸੀ ਐਨ ਡਬਲਯੂ ਚੈਨਲ ਲੁਧਿਆਣਾ ਸਿਟੀ ਲਾਈਵ ਤੇ ਬਿਜ਼ਨਸ ਇੰਡੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਜਿਹੜੀ ਗ੍ਰੇਟ ਪਰਸਨੈਲਿਟੀ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ, ਡਾਕਟਰ ਰਚਨਾ ਸ਼ਰਮਾ ਜੀ, ਜਿਹੜੇ ਕਿ ਸਟੇਟ ਅਵਾਰਡੀ ਨੇ, ਆਹ ਉਹਨਾਂ ਤੋਂ ਪੁੱਛਦੇ ਹਾਂ ਪਹਿਲਾਂ ਉਹਨਾਂ ਦੇ ਮੁੱਢਲੇ ਜੀਵਨ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਣੇ ਮੁੱਢਲੇ ਜੀਵਨ ਬਾਰੇ ਦੱਸੋ। ਮੈਂ ਜੀ ਆਪਣੇ ਜਿਹੜੀ ਸਕੂਲਿੰਗ ਹੈ ਨਿਊ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਉਸ ਤੋਂ ਬਾਅਦ ਜੀ ਮੈਂ ਖਾਲਸਾ ਕਾਲਜ ਫਾਰ ਵੁਮੈਨ ਕੁਮਾਰ ਮੰਡੀ ਤੋਂ ਗ੍ਰੈਜੂਏਸ਼ਨ ਕੀਤੀ ਔਰ ਇੱਥੋਂ ਹੀ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਟੈਲੈਂਟ ਸੀਗਾ ਉਹ ਲੀਡਰਸ਼ਿਪ ਕੁਆਲਿਟੀ ਵਾਲਾ ਸੀ। ਸਕੂਲ ਤੋਂ ਲੈ ਕੇ ਕਾਲਜ ਤੱਕ ਮੈਂ ਥਰੂ ਆਊਟ ਕੌਂਸਲ ਮੈਂਬਰ ਰਹੀ ਔਰ ਐਨ ਐਸ ਐਸ ਮੈਂ ਰੱਖੀ ਹੋਈ ਸੀ, 5 ਸਾਲ ਮੈਂ ਪ੍ਰੈਜ਼ੀਡੈਂਟ ਰਹੀ। ਤਾਂ ਜਿਹੜੀ ਸਮਾਜਿਕ ਕਾਰਜ ਕਰਨ ਦੀ ਭਾਵਨਾ ਜਿਹੜੀ ਹੈ ਨਾ ਜੀ ਉਹ ਬਹੁਤ ਜ਼ਿਆਦਾ ਸੀ ਬਚਪਨ ਤੋਂ ਲੈ ਕੇ ਹੁਣ ਤੱਕ, ਤੇ ਬਸ ਉਹੀ ਮੈਨੂੰ ਚੀਜ਼ਾਂ ਸਾਰੀਆਂ ਅੱਗੇ ਲੈ ਕੇ ਆਈਆਂ ਜੀ। ਤੇ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਤੇ ਕਿਸ ਤਰ੍ਹਾਂ ਆਪਣੀ ਪ੍ਰੋਫਾਈਲ ਵੀ ਜ਼ਰੂਰ ਦੱਸਿਓ। ਮੈਂ ਨਾ ਜੀ ਹਾਂਜੀ ਮੈਂ ਪ੍ਰੋਫੈਸ਼ਨਲੀ ਤਾਂ ਆਪਣਾ ਡਾਕਟਰੇਟ ਕੀਤੀ ਹੈ ਜੀ ਐਸਟ੍ਰੋਲੋਜੀ ਦੇ ਵਿੱਚ। ਮੈਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਫਿਰ ਉਸ ਤੋਂ ਬਾਅਦ 4 ਸਬਜੈਕਟ ਐਸਟ੍ਰੋਲੋਜੀ ਦੀ ਮੈਂ ਮਾਸਟਰੀ ਕੀਤੀ ਔਰ ਉਸ ਤੋਂ ਬਾਅਦ ਫਿਰ ਮੈਂ ਆਪਣੀ ਰਿਸਰਚ PhD ਕੀਤੀ ਐਸਟ੍ਰੋਲੋਜੀ ਵਿੱਚ ਹੀ। ਤੇ ਵੈਸੇ ਮੈਂ ਜਿਹੜੀ ਮੇਰੀ ਰਹੀ ਹੈ ਕੁਆਲੀਫਿਕੇਸ਼ਨ BA ਵਿਦ ਆਨਰਸ ਕੀਤੀ ਹੈ ਤੇ ਉਹ ਵੀ ਮੇਰੀ ਮਤਲਬ ਸਕਾਲਰਸ਼ਿਪ 'ਚ ਆਪਣੀ 5th ਪਲੇਸ ਮੇਰੀ ਪੰਜਾਬ ਯੂਨੀਵਰਸਿਟੀ 'ਚ ਸੀਗੀ ਜੀ। ਤੇ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਕ ਸੀ ਤੇ ਲੇਕਿਨ ਸਮਾਜ ਵਿੱਚ ਰਹਿ ਕੇ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਵੀ ਮੇਰੀ ਬਹੁਤ ਭਾਵਨਾ ਸੀ ਔਰ ਜਿੰਨੇ ਵੀ ਨਿਡੀ ਜਾਂ ਵਿਚਾਰੇ ਗਰੀਬ ਬੱਚੇ ਸੀ ਜਿਹੜੇ ਕੁਛ ਨਹੀਂ ਕਰਨਾ ਤਾਂ ਚਾਹੁੰਦੇ ਸੀ ਪਰ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੇ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਉਹ ਸੀਗੇ ਤੇ ਉਹ ਮੈਂ ਸਾਰੀਆਂ ਚੀਜ਼ਾਂ ਦੇ ਕੇ ਨਾ ਜੀ ਕੱਢਣਾ ਚਾਹੁੰਦੀ ਸੀ ਤਾਂ ਕਿ ਮੈਂ ਸਮਾਜ ਲਈ ਕੁਛ ਕਰ ਸਕਾਂ, ਇਹਨਾਂ ਬੱਚਿਆਂ ਲਈ ਕੁਛ ਕਰ ਸਕਾਂ। ਉਸ ਭਾਵਨਾ ਦੇ ਨਾਲ ਫਿਰ ਅਸੀਂ ਮੈਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਨੇ ਆਪਣਾ ਸੋਸ਼ਲ ਵਰਕ ਕਰਦਿਆਂ ਨੂੰ। ਫਿਰ ਅਸੀਂ 2009 ਦਸੰਬਰ 2009 ਵਿੱਚ ਇੱਕ ਟਰੱਸਟ ਬਣਾਇਆ ਜਿਹਦਾ ਨਾਮ ਅਸੀਂ ਰੱਖਿਆ ਬਾਲ ਵਿਕਾਸ ਟਰੱਸਟ। ਤੇ ਕਿਉਂਕਿ ਮੈਂ ਬਲਾਈਂਡ ਸਕੂਲ ਜਿਹੜੀ ਵੋਕੇਸ਼ਨਲ ਰੀਹੈਬਿਲੀਟੇਸ਼ਨ ਟ੍ਰੇਨਿੰਗ ਸੈਂਟਰ ਨਾਲ ਜੁੜੀ ਹੋਈ ਸੀ ਤੇ ਉੱਥੇ ਜਦੋਂ ਮੈਂ ਦੇਖਦੀ ਸੀ ਵੀ ਬਲਾਈਂਡ ਬੱਚੇ ਵਿਚਾਰੇ ਕਿਤਨੇ ਪਰੇਸ਼ਾਨ ਨੇ, ਉਹਨਾਂ ਨੂੰ ਦੇਖੋ ਮਾਨੁਸ਼ ਜਨਮ ਮਿਲਿਆ, ਦੇਹ ਮਿਲੀ ਪਰ ਅੱਖਾਂ ਨਾ ਮਿਲਣ ਕਰਕੇ ਉਹ ਦੁਨੀਆਂ ਨਹੀਂ ਦੇਖ ਸਕਦੇ। ਤਾਂ ਮੈਂ ਆਪਣੇ ਮਨ 'ਚ ਸੋਚਦੀ ਸੀ ਵੀ ਸਾਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ, ਅੰਨੇ ਤਾਂ ਅਸੀਂ ਹਾਂ, ਅੰਨੇ ਇਹ ਨਹੀਂ ਹੈ ਵਿਚਾਰੇ। ਤੇ ਇਹ ਭਾਵਨਾ ਨੂੰ ਲੈ ਕੇ ਨਾ ਜੀ ਮੈਂ ਹੌਲੀ 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 ਆਪਣੇ ਨਾਲ ਥੋੜੇ ਥੋੜੇ ਲੋਕ ਜੋੜਦੀ ਰਹੀ ਤੇ ਉਹਦੇ ਨਾਲ ਅੱਜ ਆਪਾਂ ਐਡਾ ਵੱਡਾ ਟਰੱਸਟ ਖੜਾ ਕਰ ਲਿਆ ਤੇ ਜਿੰਨੀ ਵੀ ਸੇਵਾ ਕਰ ਸਕਦੇ ਹਾਂ ਜੀ ਉਹ ਸੇਵਾ ਅਸੀਂ ਕਰ ਰਹੇ ਹਾਂ ਜੀ। ਉਹਦੇ ਵਿੱਚ ਕੀ ਕਰਦੇ ਹਾਂ ਅਸੀਂ? ਹਾਲੇ ਤੱਕ ਤਾਂ ਬਲਾਈਂਡ ਸਕੂਲ ਦੇ ਬੱਚਿਆਂ ਨੂੰ ਜਾਂ ਹੋਰ ਜਿਹੜੇ ਸਲਮ ਏਰੀਆ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹਾਂ ਔਰ ਸਮੇਂ ਸਮੇਂ ਤੇ ਆਪਾਂ ਮੈਡੀਕਲ ਕੈਂਪ ਵੀ ਲਗਾ ਰਹੇ ਹਾਂ ਉਹਨਾਂ ਦੇ ਵਾਸਤੇ, ਉਹਨਾਂ ਦੀ ਮੈਡੀਕੇਸ਼ਨ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਔਰ ਅਸੀਂ ਟ੍ਰੀ ਪਲਾਂਟੇਸ਼ਨ ਤੇ ਐਨਵਾਇਰਮੈਂਟ ਤੇ ਵੀ ਸਾਡਾ ਟਰੱਸਟ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੈ ਤੇ ਅਸੀਂ ਐਨਵਾਇਰਮੈਂਟ ਤੇ ਵੀ ਕਾਫੀ ਜ਼ਿਆਦਾ ਪੌਦੇ ਵਗੈਰਾ ਸਾਡਾ ਹੁੰਦਾ ਜੀ 2-4 ਹਜ਼ਾਰ 5 ਹਜ਼ਾਰ ਪੌਦਾ ਅਸੀਂ ਸਾਲ 'ਚ ਲਗਾਉਣਾ ਹੀ ਹੈ। ਮੈਡੀਕੇਟਿਡ ਪਲਾਂਟਸ ਅਸੀਂ ਬਹੁਤ ਲਗਾਉਂਦੇ ਹਾਂ, ਸਾਡਾ ਟਰੱਸਟ ਕੰਮ ਕਰ ਰਿਹਾ ਜੀ ਇਸ 'ਤੇ ਵੀ ਔਰ ਪੰਜਾਬ ਸਰਕਾਰ ਨੇ ਸਾਡੇ ਕੰਮਾਂ ਨੂੰ ਦੇਖ ਕੇ ਸਾਨੂੰ ਇੱਕ ਜਗ੍ਹਾ ਅਲੋਟ ਕਰਤੀ ਸੀ ਦੁਗਰੀ ਫੇਸ 2 ਵਿੱਚ ਤੇ ਹੁਣ ਅਸੀਂ ਉਹਦਾ ਬਿਲਡਿੰਗ ਦੇ ਲਈ ਥੋੜ੍ਹਾ ਬਹੁਤ ਫੰਡਸ ਇਕੱਠਾ ਕਰਨ ਦੀ ਕੰਮ ਕਰ ਰਹੇ ਹਾਂ। ਫੰਡ ਜਿਸ ਸਾਡੇ ਇਕੱਠੇ ਹੋ ਗਏ ਅਸੀਂ ਉੱਥੇ ਬਿਲਡਿੰਗ ਕਰਕੇ ਅਸੀਂ ਉਸ ਪ੍ਰੋਜੈਕਟ ਤੇ ਵੁਮੈਨ ਐਮਪਾਵਰਮੈਂਟ ਤੇ ਕੰਮ ਕਰਨਾ ਹੈ ਜੀ। ਅਸੀਂ 6-7 ਕੋਰਸ ਜਿਹੜੇ ਹੈਗੇ ਆ ਸਰਕਾਰ ਤੋਂ ਕਰਵਾਏ ਸੀਗੇ ਉਹਨਾਂ ਤੋਂ ਤੇ ਉਹਨਾਂ ਤੇ ਹੁਣ ਇਹ ਹੈ ਕਿ ਆਪਾਂ ਜਿੰਨੀਆਂ ਵੀ ਉੱਥੇ ਵਿਮੈਨ ਨੇ ਜਿਹੜੀਆਂ ਨੀਡੀ ਨੇ ਜਿਨ੍ਹਾਂ ਦੇ ਘਰ 'ਚ ਗੁਜ਼ਾਰਾ ਕਰਨ ਦੇ ਲਈ ਪੈਸਾ ਨਹੀਂ ਹੈਗਾ ਤੇ ਅਸੀਂ ਉਹਨਾਂ ਦੇ ਲਈ ਐਜੂਕੇਸ਼ਨ ਉਹਨਾਂ ਨੂੰ ਦੇ ਕੇ 6-6 ਮਹੀਨੇ ਸਾਲ ਦੇ ਕੋਰਸ ਕਰਾ ਕੇ ਤੇ ਉਹਨਾਂ ਨੂੰ ਆਤਮ ਨਿਰਭਰ ਬਣਾਵਾਂਗੇ ਤਾਂ ਕਿ ਉਹ ਆਪਣੇ ਅੱਛੀ ਤਰ੍ਹਾਂ ਆਪਣਾ ਘਰ ਚਲਾ ਸਕਣ। ਵੀ ਜਿਹੜੀ ਵਿਮੈਨ ਹੈ ਜਿਹੜੀ ਔਰਤ ਹੈ ਉਹ ਵਿਚਾਰੀ ਜਾਂ ਲਾਚਾਰ ਸਮਾਜ 'ਚ ਉਹਨਾਂ ਨੂੰ ਕੋਈ ਨਾ ਕਹੇ, ਇਹ ਸਾਡੀ ਇੱਕ ਦਿਲੋਂ ਭਾਵਨਾ ਹੈ ਜੀ। ਹਾਂਜੀ ਅੱਛਾ, ਇੱਕ ਲੇਡੀਜ਼ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਜੀ?
ਮੈਂ ਹਰ ਇੱਕ ਲੇਡੀ ਨੂੰ ਇਹ ਆਪਣਾ ਦਿਲੋਂ ਮੈਸੇਜ ਦੇਣਾ ਚਾਹੁੰਦੀ ਹਾਂ, ਕਦੀ ਵੀ ਆਪਣੇ ਆਪ ਨੂੰ ਅਸਹਾਏ ਨਾ ਸਮਝਣ, ਆਪਣੀ ਹਿੰਮਤ ਹੌਸਲੇ ਬੁਲੰਦ ਰੱਖਣ। ਸਾਡੇ ਵਰਗੇ ਬਹੁਤ ਸਾਰੀਆਂ ਸਮਾਜੀ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹੈ, ਅਸੀਂ ਵੀ ਫੁੱਲ ਫਲੈਜ ਉਹਨਾਂ ਨੂੰ ਸਾਥ ਦੇਣ ਲਈ ਤਿਆਰ ਹੈ। ਜਿਹੜੀ ਵੀ ਲੇਡੀ ਜਿਹਨੂੰ ਕੋਈ ਹੈਲਪ ਚਾਹੀਦੀ ਹੈ ਉਹ ਸਾਨੂੰ ਬੇਝਿਜਕ ਸਾਨੂੰ ਕੰਟੈਕਟ ਕਰ ਸਕਦੀ ਆ। ਅਸੀਂ ਜਿੰਨੀ ਵੀ ਮਦਦ ਕਰਨੀ ਚਾਹਵਾਂਗੇ ਤੇ ਉਹਨਾਂ ਦੀ ਜ਼ਰੂਰ ਕਰਾਂਗੇ। ਤੇ ਮੇਰਾ ਜਿਹੜਾ ਮੋਬਾਈਲ ਨੰਬਰ ਹੈ 9815199999, ਇੱਕ ਮੇਰਾ ਹੋਰ ਨੰਬਰ ਹੈ 9915622000। ਇਹਨਾਂ ਨੰਬਰਾਂ ਤੇ ਉਹ ਸਾਨੂੰ ਫੋਨ ਕਰਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਕੋਈ ਕੌਂਸਲਿੰਗ ਲੈ ਸਕਦੇ ਨੇ, ਕੋਈ ਹੈਲਪ ਲੈ ਸਕਦੇ ਨੇ, ਕੋਈ ਗਾਈਡੈਂਸ ਲੈ ਸਕਦੇ ਨੇ, ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਸਿਰ ਉੱਚਾ ਚੱਕ ਕੇ ਸਮਾਜ ਜੀਣ। ਮੈਂ ਇਹੀ ਪ੍ਰੇਰਨਾ ਦੇਣਾ ਚਾਹੁੰਦੀ ਹਾਂ ਸਭ ਨੂੰ। ਬਹੁਤ ਵਧੀਆ ਵਿਚਾਰ ਨੇ ਮੈਡਮ ਦੇ, ਤੇ ਇਹਨਾਂ ਨੇ ਟਾਈਮ ਕੱਢਿਆ, ਬਹੁਤ ਬਹੁਤ ਇਹਨਾਂ ਦਾ ਥੈਂਕਸ। ਕੱਲ੍ਹ ਕਿਸੇ ਹੋਰ ਨਾਲ ਮੁਲਾਕਾਤ ਕਰਾਵਾਂਗੇ, ਮਿਹਰਬਾਨੀ।